ਦੇ ਆਈਆਈਟੀ ਵਿੱਚ 8 ਮਾਰਚ ਤੋਂ ਸ਼ੁਰੂ ਹੋਏ ਆਫ ਰੋਡ ਮੁਕਾਬਲੇ ਸ਼ਾਨੋ ਸ਼ੌਕਤ ਨਾਲ ਸਮਾਪਤ ਹੋਏ। ਸਮਾਪਤੀ ਦੇ ਦਿਨ ਉਹਦਾ ਉਦਘਾਟਨ ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਕੀਤਾ ਗਿਆ। ਇਹਨਾਂ ਰੇਸਾਂ ਵਿੱਚ ਦੇਸ਼ ਭਰ ਤੋਂ 60 ਤਕਨੀਕੀ ਕਾਲਜਾਂ ਦੇ ਸੈਂਕੜੇ ਵਿਦਿਆਰਥੀਆਂ ਵੱਲੋਂ ਭਾਗ ਲਿਆ ਗਿਆ ਸੀ। ਸਭ ਤੋਂ ਵੱਡੀ ਗੱਲ ਹੈ ਕਿ ਅੱਜ ਇੱਥੇ ਕ੍ਰੀਏਟਿਵ ਸਕਿੱਲਸ ਨੂੰ ਹੋਨ ਕਰ ਰਹੇ ਆ। ਦੇਖੋ, ਹਰ ਬੱਚੇ ਨੇ ਆਪਣੀ ਕਾਰ ਦਾ ਡਿਜ਼ਾਈਨ ਆਪ ਬਣਾਇਆ, ਆਪਣੇ ਆਪ ਖੁਦ ਮੁਖਤਿਆਰ ਹੋ ਕੇ। ਸਮਸਤ ਉੱਨਤੀ ਦਾ ਆਧਾਰ ਵੇਦ ਲਿਖਦੇ ਹੈ ਆਤਮ ਨਿਰਭਰਤਾ ਹੈ। ਸੋ ਬੱਚਿਆਂ ਨੂੰ ਐਜੂਕੇਸ਼ਨ ਦੇ ਰਾਹੀਂ ਆਤਮ ਨਿਰਭਰ ਕਰਨਾ, ਟੈਕਨੀਕਲ ਨੌਲੇਜ ਦੇਣੀ। ਜੀ, ਇਟਸ ਅ ਵਰਲਡ ਆਫ ਟੈਕਨੋਲੋਜੀ। ਵਿਗਿਆਨ ਨੇ ਅੰਨਿਆਂ ਨੂੰ ਅੱਖਾਂ ਦਿੱਤੀਆਂ, ਬੋਲਿਆਂ ਨੂੰ ਕੰਨ ਦਿੱਤੇ ਆ, ਉਹਨੇ ਇਨਸਾਨ ਦਾ ਜੀਵਨ ਦੀਰਘ ਕਰ ਦਿੱਤਾ ਹੈ। ਸੀ, ਇਫ ਯੂ ਕੈਨ ਯੂਜ਼ ਦਿਸ ਟੈਕਨੋਲੋਜੀ, ਪੰਜਾਬ ਕੈਨ ਪ੍ਰੋਸਪਰ ਇਨ 1 ਈਅਰ ਦੈਟ ਇਟ ਕੈਨ ਨਾਟ ਇਨ ਦ ਨੈਕਸਟ 100 ਈਅਰਸ। ਮਤਲਬ ਇਹ ਹਮਾਰਾ ਜੋ ਯੁਵਾ ਪੀੜ੍ਹੀ ਹੈ ਉਸਕੋ ਸਿਖਾਤੇ ਹੈ ਕਿ ਆਜ ਕਾ ਮਾਰਕੀਟ ਪਲੇਸ ਮੇਂ ਕਿਆ ਜ਼ਰੂਰੀ ਹੈ। ਜ਼ਰੂਰੀ ਸਿਰਫ ਇੱਕ ਡਿਗਰੀ ਨਹੀਂ ਹੈ, ਆਪਕਾ ਵੋ ਜੋ ਸਕਿੱਲ ਸਾਰੇ ਇਕੱਠੇ ਕਰਨੇ ਕਾ, ਸਾਰੇ ਨੌਲੇਜ ਕੋ ਇਕੱਠੇ ਕਰਨੇ ਕਾ, ਵਹੀ ਇੰਪੋਰਟੈਂਟ ਹੈ ਔਰ ਵੋ ਇਹ ਸਿਖਾਤਾ ਹੈ। ਉਸ ਹਿਸਾਬ ਸੇ ਮੈਂ ਤੋ ਕਹੂੰਗਾ ਇਹ ਇਵੈਂਟ ਵੈਰੀ ਵੈਰੀ ਸਕਸੈਸਫੁਲ। ਰੂਪਨਗਰ ਤੋਂ ਸੱਜਣ ਸੈਣੀ ਦੀ ਰਿਪੋਰਟ, ਚੈਨਲ 2।